हाँ भाभी, मैं अपनी पढ़ाई खत्म करके हुण सीधी इंडिया ही आई हाँ। तो मेरे इत्थे भी बथेरे काम सीगे, नाले मैं सोचा भुआ नूं मिल लांगी। तू जीता है ना? हाँ भाभी जीता। रब्बा, कदों मेरा पुत ठीक होगा? खा लिया दवाइयां ने। भाभी वो दिमागी तौर ते ठीक नहीं है। दिमागी तौर ते ठीक नहीं है? तू सुख की गल तो नहीं कर रही? तो किन्ना सियाना है देख। मैं खेडन वग जा मम्मी। पुत तारी बुलाउंदा सी मैनू, कहिंदा वी आ जी तू मेरे कोल। जिद्द दी सिर 'च सट लगी आ मंजे ते पिया, उहदी मां कहिंदी ना जाउंदे। मैं थोड़े नाल खेडन आई आ, थोड़ी फ्रेंड। मैं तो तुहानू जानदा नहीं हैगा। ले मैं तो तुहानू जानदी आ। आ फड़ आपदी कापी जी। ਹੋ ਜੀਤਾ ਹੋ ਗਈ ਤਿਆਰ? ਹਾਂ ਭਾਬੀ ਮੈਂ ਤੇਰੇ ਕੋਲ ਹੀ ਆ ਰਹੀ ਸੀ, ਤੇਰਾ ਵੀਰਾ ਪੁੱਛ ਰਿਹਾ ਸੀ ਕਿ ਤਿਆਰ ਹੋ ਗਈ ਹੈ ਨਾ। ਅੱਛਾ ਵੀਰੇ ਕਿਵੇਂ ਹੋ ਤੁਸੀਂ? ਜਾ ਹੀ ਖੇਤ? ਹਾਂ ਖੇਤ ਜਾ ਰਿਹਾ। ਅੱਛਾ ਕਿਵੇਂ ਅੱਜ ਦਾ ਅੱਜ ਬੈਠੀਆਂ? ਵੀਰੇ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਵੀਰੇ ਜਿਹੜੇ ਮੁੰਡੇ ਦਾ ਮੇਰੇ ਕੋਲ ਟ੍ਰੀਟਮੈਂਟ ਚੱਲਦਾ, ਮੈਨੂੰ ਇਹ ਨਹੀਂ ਸਮਝ ਆਈ ਕਿ ਉਹ ਮੁੰਡੇ ਦੇ ਸੱਟ ਕਿਵੇਂ ਲੱਗੀ ਸੀ। ਤਾਂ ਪਤਾ ਗੱਲ ਕੀ, ਜਦੋਂ ਕਹਿੰਦਾ ਆਪਦੀ ਮਾੜੀ ਹੋ ਜਾਣ ਫਿਰ ਬੰਦਾ ਬਚਾ ਕੀ ਕਰੇ। ਇਹਦਾ ਜਿਹੜਾ ਸਕੇ ਦੇ ਚਾਚੇ ਦਾ ਮੁੰਡਾ ਹੈ, ਪਹਿਲਾਂ ਤਾਂ ਜ਼ਮੀਨ ਜ਼ਮੂਨ ਲਈ ਇਹਦੇ ਸੱਟਾਂ ਮਰਵਾ ਦਿੱਤੀਆਂ, ਸੱਟਾਂ ਮਰਵਾ ਕੇ ਇਹਦੂ ਬਾਅਦ ਵੀ ਇਹ ਸੱਟ 'ਚੋਂ ਵੀ ਨਿਕਲਿਆ ਦੀ ਹੋਇਆ, ਇਹਦੂ ਬਾਅਦ ਇਹਨੂੰ ਦਵਾਈਆਂ ਆਈਆਂ ਜਾਂ ਦੇਈ ਗਏ ਉਹ ਮੈਂਟਲੀ ਆ ਸਕੇ। ਉਹੀ ਤਾਂ ਵੀਰੇ ਮੈਂ ਹੈਰਾਨ ਹਾਂ, ਕਿੰਨਾ ਗੱਭਰੂ ਜਵਾਨ ਪੋਤਾ ਉਹ ਹੈ ਨਾ। ਸਰੀਰ ਨੂੰ ਦੇਖ ਕੇ ਸਾਹਮਣੇ ਬੈਠਾ ਹੋਵੇ ਕੋਈ ਕਹਿ ਹੀ ਨਹੀਂ ਸਕਦਾ ਕਿ ਉਹ ਦਿਮਾਗੀ ਤੌਰ 'ਤੇ ਇੰਨਾ ਅਪਸੈਟ ਆ ਕਿ ਉਹ ਬੱਚੇ ਦੀ ਜ਼ਿੰਦਗੀ ਜੀ ਰਿਹਾ। ਸਰੀਰੋਂ ਤਾਂ ਠੀਕ ਹੋ ਹੀ ਗਿਆ ਸੀ ਨਾ, ਤੁਹਾਨੂੰ ਦੱਸੀ ਤਾਂ ਜਾਂਦਾ ਵੀ ਉਹਦੇ ਜਦੋਂ ਸੱਟ ਮਾਰਤੀ ਹੋਰ ਮਾਰਤੀ ਸਹੀ ਹੋ ਗਿਆ ਸੀ, ਉਹ ਜਮਾਂ ਕੋਈ ਦਿੱਕਤ ਨਹੀਂ ਸੀ। ਬਾਅਦ 'ਚ ਉਹਨੂੰ ਇੱਦਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਮੈਂਟਲੀ ਅਪਸੈਟ ਹੋ ਗਿਆ। ਕਿੱਦਾਂ ਦੇ ਹੁੰਦੇ ਨੇ ਨਾ ਲੋਕ ਵੀਰੇ, ਜਿਹੜੇ ਆਪਣਾ ਮਕਸਦ ਪੂਰਾ ਕਰਨਾ ਸੀ ਕਿਸੇ ਦੀ ਜਾਨ ਜ਼ਮੀਨ ਕਰਾਉਂਦੀ ਆ ਭੈਣੇ ਸਾਰਾ ਕੁਛ, ਵੀ ਹੁਣ ਉਹ ਮੈਂਟਲੀ ਆ ਗਈ ਅਸੀਂ ਵਾਲਾਂਗੇ ਤਾਂ। ਹੋਰ ਇਹਦੀ ਮਾਂ ਤਾਂ ਦੇਖ ਬਜਾਈ ਕਿਵੇਂ ਆ ਨਾ, ਅਨਪੜ੍ਹ ਆ ਗਈ। ਉਹ ਆਪਦੇ ਐਂ ਕਹਿੰਦੀ ਵੀ ਤੇ ਚਾਚੇ ਦੇ ਪੁੱਤ ਨੂੰ ਨਾਲ ਤੋਰ ਦਿੰਦੀ ਆ। ਉਹ ਜਦੋਂ ਦਵਾਈ ਲੈਣ ਜਾਂਦੇ ਦਵਾਈ ਲੈ ਕੇ ਆਉਂਦੇ ਨਾਲ ਉਹ 5-4 ਨਸ਼ੇ ਦੀਆਂ ਗੋਲੀਆਂ ਲਾ ਦਿੰਦਾ ਵੀ ਮਾਂ ਤਾਂ ਆਹ ਦੇ ਦਿੰਦੀ, ਇਹ ਸੌਖਾ ਰਹੂ ਸੌਖਾ। ਹੁਣ ਜਦੋਂ ਬੰਦੇ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਉਹਨੂੰ ਤਕਲੀਫ ਨਹੀਂ ਕੁਛ ਨਹੀਂ, ਹਾਂ ਸੌਖਾ ਰਹਿੰਦਾ ਸੌਖਾ ਰਹਿੰਦਾ ਕਰ। ਅੱਛਾ ਵੀਰੇ, ਪਰ ਮੈਨੂੰ ਪਤਾ ਉਹਦੀ ਮਾਂ ਤਾਂ ਵਿਚਾਰੀ ਬਹੁਤ ਭੋਲੀ ਆ ਵੀਰੇ। ਮੈਂ ਤਾਂ ਹੈਰਾਨ ਹਾਂ ਵੀ ਇੱਕ ਤਾਂ ਉਹਦੇ ਸਿਰ 'ਤੇ ਆਦਮੀ ਨਹੀਂ ਹੈਗਾ, ਉੱਥੋਂ ਪੁੱਤ ਉਹ ਵੀ ਵਿਚਾਰਾ ਆਸ ਹਾਲਤ ਦੇ ਵਿੱਚ। ਮੈਂ ਤਾਂ ਇਹੀ ਕਹਿੰਦੀ ਹਾਂ ਕਿ ਪਰਮਾਤਮਾ ਜਾਂ ਤਾਂ ਕਿਸੇ ਨੂੰ ਪੁੱਤ ਦਿਆ ਨਾ ਕਰ, ਨਹੀਂ ਤਾਂ ਫਿਰ ਇੱਦਾਂ ਦੀ ਹਾਲਤ ਤਾਂ ਕੋਈ ਮਾਂ ਨਹੀਂ ਦੇਖ ਸਕਦੀ। ਭੈਣ ਬਣਦੀ ਇੱਕ ਚੀਜ਼ ਦਾ ਖਿਆਲ ਰੱਖੀ, ਕੋਈ ਠੀਕ ਹੋਵੇ ਨਾ ਹੋਵੇ ਇਹਨੂੰ ਠੀਕ ਜ਼ਰੂਰ ਕਰਦੀ। ਪਤਾ ਗੱਲ ਕੀ ਹੈ, ਇਹਦੇ ਚਾਚੇ ਦੇ ਪੁੱਤ ਦੀ ਅੱਖ ਇਹਦੀ ਜ਼ਮੀਨ 'ਤੇ ਆ ਵੀ ਇਹ ਮੈਂਟਲੀ ਅਪਸੈਟ ਆ ਜਾਂ ਆਏ ਆ, ਇਹਦਾ ਕੁਛ ਹੋਣਾ ਨਹੀਂ। ਜ਼ਮੀਨ ਦੱਬ ਲਾਂ ਕਿਉਂ ਪਿਆ ਉਹ ਇਹਦਾ ਹੈ ਨਹੀਂ ਗਾ। ਵੀਰੇ ਜਿਹੜੀ ਗੱਲ ਤੁਸੀਂ ਇਹ ਕਹਿੰਦੇ ਹੋ ਕਿ ਕੋਈ ਠੀਕ ਹੋਵੇ ਨਾ ਹੋਵੇ, ਦੇਖੋ ਮੇਰੇ ਲਈ ਤਾਂ ਹਰ ਇੱਕ ਪੇਸ਼ੈਂਟ ਬਰਾਬਰ ਆ, ਪਰ ਹਾਂ ਮੈਂ ਇੰਨਾ ਜ਼ਰੂਰ ਕਹਿੰਦੀ ਹਾਂ ਕਿ ਮੈਂ ਇਸ ਮੁੰਡੇ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਊਂਗੀ ਕਿ ਇਹ ਛੇਤੀ ਠੀਕ ਹੋ ਸਕੇ। ਬਸ ਭੈਣ ਬਣਦੀ ਆਹੀ ਸੁਨੇਹਾ ਲੈ ਕੇ ਆਈ ਧਰਮਜੀਤ ਵੀਰ, ਤੈਂ ਕਿਹਾ ਸੀ ਮੈਂ ਤੇਰਾ ਗੁਆਂਢੀ ਸਹੀ ਗਾ। ਵੀਰੇ ਮੈਨੂੰ ਇੱਕ ਚੀਜ਼ ਹੋਰ ਲੱਗਦੀ ਆ, ਵੀਰੇ ਛੋਟੀ ਹੁੰਦੀ ਜਦੋਂ ਮੈਂ ਖੇਡਦੀ ਹੁੰਦੀ ਸੀ ਕਿੰਨੇ ਸਾਲ ਪਹਿਲਾਂ, ਉਦੋਂ ਇੱਕ ਮੇਰੇ ਨਾਲ ਨਿੱਕਾ ਜਿਹਾ ਮੁੰਡਾ ਖੇਡਦਾ ਹੁੰਦਾ ਸੀ, ਅਸੀਂ ਛੋਟੇ ਛੋਟੇ ਬੜਾ ਹੀ ਖੇਡਦੇ ਸੀ, ਉਹ ਕਿੱਥੇ ਆ? ਪਤਾ ਨਹੀਂ, ਉਹਦੇ ਹੋਣਾ ਭੈਣੇ ਉਹ ਵੀ ਬੱਚਿਆਂ 'ਚ ਹੀ, ਹੁਣ ਵੱਡੇ ਹੋ ਗਏ ਨਾ, ਐਂ ਨਹੀਂ ਪਤਾ ਹੁਣ ਕਿਹੜੇ ਬੱਚੇ ਦੀ ਗੱਲ ਕਰਦੀ ਹਾਂ। ਇਹ ਤਾਂ ਹੈ ਵੀਰੇ, ਚੱਲ ਮੈਂ ਚੱਲਦੀ ਹਾਂ। ਠੀਕ ਹੈ। ਭਾਬੀ ਕਿੱਥੇ ਆ? ਉਹ ਇੱਥੇ ਹੋਣੀ, ਉਹ ਆਈ ਸੀ ਮੇਰੇ ਕੋਲ। ਹਾਂ ਮੈਂ ਉਹਨੂੰ ਕਿਹਾ ਸੀ, ਮੈਂ ਉਹਨੂੰ ਪੁੱਛ ਜੀਤਾਂ ਤਿਆਰ ਹੋ ਗਈ ਕਿ ਨਾ। ਅੱਛਾ ਚੱਲ ਠੀਕ ਆ, ਠੀਕ ਆ ਵੀਰੇ, ਚੰਗਾ ਚੀਜ਼ੀ ਲੈ ਕੇ ਆਉਂ ਮੈਂ। ਠੀਕ ਆ, ਖਾਸੀਆਂ ਚੀਜ਼ੀਆਂ ਕਿਹਨੇ ਦਾ ਕਰ, ਹੈਂ ਆ ਵੀ ਆ ਵੀ। ਹੋਰ ਭਈ ਰਾਣੀ? ਠੀਕ ਆ ਬਾਈ, ਬਸ ਟਾਈਮ ਹੈ ਜਿਹਾ ਜਿਹਾ ਕੱਢੀ ਜਾਂਦੇ ਆ। ਸੁੱਖ ਕਿਵੇਂ ਆ ਹੁਣ? ਬਸ ਬਾਈ ਉਵੇਂ ਆ, ਸੁੱਖ ਨੇ ਕਿਵੇਂ ਹੋਣਾ ਜੀ। ਅੱਛਾ ਕੀ ਖਬਰ, ਰੱਬ ਦਾ ਕੋਈ ਮਾੜਾ ਕਰਿਆ ਹੋਇਆਗਾ? ਹੋਰ ਇਹ ਗੱਲ ਹੈ ਬਈ, ਮੈਂ ਤਾਂ ਮਹਾਂ ਚੱਲਣ ਤਾਂ ਸੁੱਖ ਦਾ ਪਤਾ ਲੈ ਕੇ ਆਉਣਾ, ਮੈਂ ਫਿਰ ਮੈਂ ਬਾਹਣ ਦਾ ਪੁੱਛਦਾ ਜੀ ਬਈ ਠੇਕੇ 'ਤੇ। ਬਈ ਬਾਹਣ ਤਾਂ ਹੁਣ ਤੈਨੂੰ ਪਤਾ ਹੀ ਆ ਸਾਡੇ ਕੌਣ ਹੈ ਖੇਤੀ ਕਰਨ ਵਾਲਾ। ਠੀਕ ਹੈ ਬਈ, ਤੁਸੀਂ ਉਹ ਕਰਦੇ ਹੋ ਖੇਤੀ ਪਹਿਲਾਂ ਵੀ, ਹੁਣ ਵੀ ਤੁਹਾਡੇ ਕੋਲ ਹੀ ਹੋਊਗਾ। ਹਾਂ ਜੀ ਬਈ, ਮਹਾਂ ਚੱਲ ਵੀ ਗਾਹਾਂ ਨੂੰ ਬਾਹਣ ਰੱਖ ਲਾਂਗੇ ਅਸੀਂ। ਰੱਖ ਲਓ ਬਈ, ਹੋਰ ਠੇਕਾ ਠੁੱਕਾ ਜਿਹੜਾ ਤੁਹਾਡਾ ਬਣਦਾ।
ठेका तो भाई हुण जिहड़ा देख पिंड च रेट चलदा है ओही चलदा हैगा जिवें अपनी बनी आई है हुण मैं कड़ा लैदा रेट लऊंगी सोतो मैं ठीक है भाई हां बस जे हजे बणदा ओह जिहा रेट दे दिओ भाई ਗੱਭਰੂ ਨੂੰ ਉਹੀ ਗੱਲ ਹੈ ਦੇਖਣਾ ਵੀ ਔਖਾ ਹੈਗਾ ਫਿਰ ਚੱਕਰ ਜਿਹਾ ਪੈ ਗਿਆ ਬਈ ਗਲਤੀ ਹੈ ਨਾ ਪਰਮਾਤਮਾ ਕਿਸੇ ਦੇ ਘਰ ਚ ਫਰਕ ਪੈਂਦਾ ਫਿਰ ਇਹੀ ਹੁੰਦਾ ਬਈ ਉਹੀ ਤਾਂ ਗੱਲ ਹੈ ਬਈ ਆਹੀ ਬਹੁਤ ਹੁੰਦਾ ਬਈ ਉਹੀ ਗੱਲ ਹੈ ਦੁੱਖ ਦੇ ਸੁੱਖ ਦੇ ਤੁਸੀਂ ਸਾਡੇ ਨਾਲ ਤਾਂ ਖੜੇ ਹੋ ਔਖੀ ਕੜੀ ਕੋਈ ਨਹੀਂ ਖੜਦਾ ਕੋਈ ਰਿਸ਼ਤੇਦਾਰ ਨੇ ਵੀ ਨਹੀਂ ਆ ਕੇ ਜਾਤ ਪੁੱਛੀ ਸਾਡੀ ਨਾਲੇ ਰਹੀ ਗੱਲ ਬਾਹਣ ਦੀ ਇਹ ਤਾਂ ਬਈ ਐਤਕੀ ਤਾਂ ਪੁੱਛ ਲੈ ਤੈਨੂੰ ਪੁੱਛਣ ਦੀ ਵੀ ਲੋੜ ਨਹੀਂ ਨਹੀਂ ਚਲੋ ਬਈ ਪੁੱਛਣਾ ਤਾਂ ਪੈਂਦਾ ਹੀ ਹੈ ਬਾਕੀ ਚੱਲ ਆਪਣਾ ਬਈ ਗਵਾਂਢ ਮੱਥੇ ਪਹਿਲੇ ਦਿਨ ਪਿਆਰ ਬਣਿਆ ਹੋਇਆ ਖੜਨਾ ਤਾਂ ਹੈਗੀ ਹੈ ਉਹੀ ਤਾਂ ਗੱਲ ਹੈ ਰਿਸ਼ਤੇਦਾਰ ਹੈ ਬਈ ਦੇਖ ਚੱਲ ਕੇ ਆਉਂਦਾ ਹੈਗਾ ਜਿਹੜਾ ਭੈਣ ਪਈ ਹੈ ਗਵਾਂਢੀ ਹੈ ਉਹ ਤਾਂ ਲਵੀ ਹੁੰਦਾ ਹੈਗਾ ਬਈ ਆਪਾਂ ਪੈਸੇ ਨਾਲ ਬਣਾ ਕੇ ਰੱਖੀਏ ਇਹ ਤਾਂ ਹੈ ਬਈ ਸਾਡੇ ਤਾਂ ਉਹੀ ਗੱਲ ਹੈ ਆਪਦਿਆਂ ਨੇ ਵੀ ਜੜਾਂ ਵੱਡੀਆਂ ਨੇ ਕਦੇ ਬੋਲਣ ਹੀ ਹਟ ਰਹੇ ਨੇ ਹੁਣ ਫਿਰ ਕੀ ਅਸੀਂ ਰਗੜ ਕੇ ਫੋੜੇ ਤੇ ਲਾਈਏ ਉਹਨਾਂ ਨੂੰ ਬਸ ਹੁਣ ਤਾਂ ਬਈ ਉਹੀ ਸਰੀਕਾ ਜਿਹੜਾ ਆਪਦਾ ਵਰਤਦੇ ਸਾਰਿਆਂ ਦਾ ਇਹੀ ਹਾਲ ਹੈ ਬਈ ਤਾਂ ਹੀ ਤਾਂ ਕਹਿੰਦੇ ਬਈ ਵੀ ਪੁੱਛਣ ਦੀ ਵੀ ਲੋੜ ਨਹੀਂ ਆਪਦਾ ਬਾਹ ਬੀਜ ਲਿਆ ਕਰੋ ਬਸ ਜਿਹੜਾ ਬਣਦਾ ਦੇ ਦਿਆ ਕਰੋ ਭਰਾ ਬਸ ਕੋਈ ਗੱਲ ਨਹੀਂ ਬਈ ਦੇਖ ਤੁਹਾਡਾ ਹੱਕ ਰੱਖਦੇ ਨਹੀਂ ਹਾਂ ਚਲ ਆਇਆ ਬਈ ਸਾਡੇ ਸੰਦ ਖੜੇ ਨੇ ਕੁਛ 5-7 ਕਿੱਲੇ ਆਪਦੇ ਨੇ ਕੁਛ ਸੋਡੇ ਹੋ ਜਾਂਦੇ ਨੇ ਉਹੀ ਤਾਂ ਗੱਲ ਹੈ ਚਲ ਬਈ ਹੋਰ ਕੀ ਕੱਢਣਾ ਕੋਣ ਵਿੱਚ ਵੀ ਚੱਲ ਇਹਨੇ ਨਾਲ ਸੰਦਾਂ ਨਾਲ ਬਈ ਸੰਦ ਪਏ ਨੇ ਹੱਡ ਵਿੱਚ ਹਾਂ ਇਹੀ ਤਾਂ ਹੈ ਬਈ ਨਛਤਰਾ ਹਾਂ ਬਈ ਆਪਣੇ ਪਿੰਡ 'ਚ ਕੋਈ ਡਾਕਟਰ ਨਹੀਂ ਆਈ ਹੈ ਤੈਨੂੰ ਪਤਾ ਉਹਦੇ ਬਾਰੇ ਹਾਂ ਬਈ ਸੁਣਦੇ ਹਾਂ ਆਪਣੇ ਸਰਪੰਚ ਵੀ ਕਹਿੰਦਾ ਸੀ ਵੀ ਡਾਕਟਰ ਨਹੀਂ ਵਧੀਆ ਬਈ ਲੜਕੀ ਬਾਹਰ ਕਿਤੇ ਕਰਕੇ ਆਈ ਹੈ ਕੋਰਸ ਪੜ੍ਹੀ ਲਿਖੀ ਹੈ ਬਸ ਫਿਰ ਉਹੀ ਹੁਣ ਕਹਿੰਦੀ ਹੈ ਵੀ ਆਪਣੇ ਸੁੱਖ ਨੂੰ ਵੀ ਮੈਂ ਠੀਕ ਕਰ ਦੂੰਗੀ ਉਹ ਇਲਾਜ ਕਰਦੀ ਆ ਹੁਣ ਦਾ ਚਲੋ ਬਈ ਸੁਣਨ 'ਚ ਤਾਂ ਵੀ ਚੰਗੀ ਹੈ ਕਹਿੰਦੇ ਕੁੜੀ ਪੜ੍ਹੀ ਲਿਖੀ ਹੈ ਬਾਹਰੋਂ ਕੋਰਸ ਕਰਕੇ ਆਈ ਹੈ ਬਈ ਬਈ ਇਲਾਜ ਚੱਲਦਾ ਚਲ ਉਹੀ ਕਹਿੰਦੇ ਬਈ ਜਵਾਕਾਂ ਵਾਂਗੂ ਖੇਡੀ ਜਾਂਦੀ ਉਹਦੇ ਨਾਲ ਤੇ ਮੈਨੂੰ ਤਾਂ ਕਦੇ ਕਦੇ ਐਂ ਲੱਗਣ ਲੱਗ ਜਾਂਦਾ ਵੀ ਕੋਈ ਸਿਆਣੀ ਗੱਲ ਤਾਂ ਇਹਦੇ ਨਾਲ ਕਰਦੀ ਨਹੀਂ ਜਿਵੇਂ ਉਹ ਕਹਿੰਦਾ ਆ ਗੋਲੀਆਂ ਖੇਡੂ ਆ ਇਹਦੇ ਨਾਲ ਖੇਡੂ ਉਹ ਵੀ ਖੇਡਣ ਲੱਗ ਜਾਂਦੇ ਉਹਦੇ ਨਾਲ ਫਿਰ ਉਹ ਇਹਨਾਂ ਨੂੰ ਕੋਈ ਕੋਰਸ ਹੋਣਾ ਪਈ ਜਾਂ ਸਮਝ ਹੋਣੀ ਦੇਖ ਵੀ ਕੋਈ ਮੈਟਰੀਅਲ ਜਿਹੜਾ ਬੰਦਾ ਜਾਂ ਅਪਸੈਟ ਹੈ ਉਹਨੂੰ ਕਿਵੇਂ ਸੈੱਟ ਕਰਨਾ ਇਹ ਤਾਂ ਹੁਣ ਡਾਕਟਰਾਂ ਨੂੰ ਪਤਾ ਹੁੰਦਾ ਬਈ ਸੁਣਨ 'ਚ ਇਹੀ ਆਉਂਦਾ ਵੀ ਮਤਲਬ ਲੜਕੀ ਵੀ ਸਿਆਣੀ ਹੈ ਬਈ ਪੜ੍ਹੀ ਲਿਖੀ ਹੈ ਬਾਹਰੋਂ ਕੋਰਸ ਕਰਕੇ ਆਈ ਹੈ ਦਵਾਈ ਬੁੱਟੀ ਤਾਂ ਬਈ ਆਪ ਦਿੰਦੀ ਆ ਉਹ ਠੀਕ ਹੈ ਟਾਈਮ 'ਤੇ ਹਾਂ ਦੇਖੋ ਭਾਈ ਅੱਗੇ ਪਰਮਾਤਮਾ ਅੱਗੇ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਵੀ ਚੱਲ ਠੀਕ ਹੋ ਜੇ ਜਵਾਕ ਨਾਲੇ ਉਹਦੀ ਮਿਹਨਤ ਪੱਲੇ ਪੈ ਜੇ ਵਿਚਾਰੀ ਦੀ ਹੋਰ ਬਈ ਚੱਲ ਸਾਰਿਆਂ ਨੂੰ ਹੀ ਸੋਚ ਹੈ ਬਈ ਨਾਲੇ ਠੀਕ ਹੋ ਜੇ ਆਪਣੇ ਘਰੇ ਚੰਗੀ ਗੱਲ ਹੈ ਬਈ ਹੋਰ ਕੀ ਹੈ ਬਈ ਨਾਲੇ ਚੱਲ ਆਪਦੀ ਕਿਰਿਆ ਸੋਧਣ ਜੋਗਾ ਹੋ ਜੇ ਹੁਣ ਤੁਹਾਨੂੰ ਕਾਸੇ ਦੀ ਸੁੱਧ ਨਹੀਂ ਜਵਾਕਾਂ ਵਾਂਗੂ ਕਰੀਏ ਤਾਂ ਮੈਂ ਇਹਦੇ ਨਾਲ ਖੇਡੂ ਮੈਂ ਇਹਦੇ ਨਾਲ ਖੇਡੂ ਮੈਂ ਰੋਟੀ ਨਹੀਂ ਖਾਂਦਾ ਮੈਂ ਦਵਾਈ ਨਹੀਂ ਲੈਂਦਾ ਫਿਰ ਉਹ ਤਾਂ ਬੱਚਿਆਂ ਵਾਲੀ ਮੱਤ ਹੋ ਗਈ ਬਈ ਜਮੀ ਜਵਾਕਾਂ ਵਾਲੀ ਹਾਂ ਬਈ ਜਮੀ ਜਵਾਕਾਂ ਵਾਲੀ ਮੱਤ ਹੋ ਰਹੀ ਅਪਸੈਟ ਹੋ ਗਿਆ ਦੇਖੋ ਬਈ ਅੱਗੇ ਕੀ ਅਸਲ ਤਾਂ ਬਾਈ ਕੋਈ ਮਾਂ ਪਿਓ ਦਾ ਮਾੜਾ ਕਰਿਆ ਹੁੰਦਾ ਰੱਬ ਦੇ ਘਰੋਂ ਹੈ ਜਿਹੜੇ ਉਹਨੂੰ ਵੱਟੇ ਲੱਗੇ ਹੁੰਦੇ ਆ ਕਿ ਨਹੀਂ ਹਾਂ ਇਹ ਤਾਂ ਬਈ ਦੇਖੋ ਜਿਹਦੇ ਲਾਲ ਸੁਖੀ ਆ ਤਾਂ ਬੰਦਾ ਸੁਖੀ ਹੈ ਬਈ ਚੀਜ਼ ਚਾਹੇ ਥੋੜੀ ਆ ਚਾਹੇ ਬਾਲੀ ਉਹੀ ਤਾਂ ਗੱਲ ਹੈ ਵੀ ਜਿਹਦੀ ਲਾਲ ਦੁਖੀ ਹੈ ਉਹਦਾ ਬਸ ਸਾਰਾ ਜਨਮ ਹੀ ਦੁਖੀ ਹੈ ਇਹ ਗੱਲ ਲਾਲ ਤੇ ਬਈ ਜੇ ਲਾਲ ਚੰਗੀ ਹੈ ਤਾਂ ਠੀਕ ਹੈ ਜੇ ਲਾਲ ਕੋਈ ਨਸ਼ੇ ਕਰਦਾ ਹੈ ਕੋਈ ਢਿੱਲ ਮੱਠ ਕੁਛ ਵੀ ਕਮੀ ਪੈਗੀ ਬੰਦੇ 'ਚ ਕੱਖ ਨਹੀਂ ਰਹਿਣਾ ਬਈ ਇਹ ਤਾਂ ਹੈ ਬਈ ਤੁਹਾਨੂੰ ਪਤਾ ਜੀਤਾ ਕਿਹੜੇ ਮੁੰਡੇ ਬਾਰੇ ਗੱਲ ਕਰ ਰਹੀ ਸੀ ਕਿਹੜੇ ਬਾਰੇ ਇਹ ਸੁੱਖ ਨਾ ਉਹੀ ਮੁੰਡਾ ਹੈ ਉਹੀ ਮੁੰਡਾ ਤੈਨੂੰ ਕਿਉਂ ਪਤਾ ਲੱਗ ਗਿਆ ਪਤਾ ਹੈ ਮੈਨੂੰ ਬਸ ਮੈਨੂੰ ਬੇਬੇ ਨੇ ਦੱਸਿਆ ਸੀ ਅੱਛਾ ਪਰ ਇਹ ਗੱਲ ਆਪਣੇ 'ਚ ਹੀ ਰਹੀ ਨਹੀਂ ਗੱਲ ਤਾਂ ਆਪਣੇ 'ਚ ਰਹੂ ਮੈਨੂੰ ਅੱਜ ਤੜਕੇ ਪੁੱਛਦੀ ਸੀ ਕੌਣ ਆ ਉਹ ਮੁੰਡਾ ਕਿੱਡਾ ਕੀ ਹੁਣ ਮੈਂ ਤਾਂ ਉਹਨੂੰ ਜਵਾਬ ਦਿੱਤਾ ਮੈਂ ਭਾਈ ਪਤਾ ਨਹੀਂ ਕਿਹਦੀ ਗੱਲ ਕਰ ਬਸ ਹੁਣ ਦੱਸਣਾ ਵੀ ਨਹੀਂ ਇਹ ਗੱਲ ਆਪਣੇ ਤੱਕ ਹੀ ਰੱਖੀ ਹੋ ਠੀਕ ਮੈਨੂੰ ਗੋਲੀਆਂ ਵਧੀਆ ਦੇਗਾ ਉਹ ਗੋਲੀਆਂ ਹਾਂ ਮੈਂ ਕਹਣਾ ਤੂੰ ਦੇਖੀ ਮਿੱਠੀ ਮੰਮੀ ਤਾਂ ਉਹ ਕੋੜੀਆਂ ਕੋੜੀਆਂ ਗੋਲੀਆਂ ਹੁੰਦੀਆਂ ਤਾਂ ਮੈਂ ਲੈ ਕੇ ਆਇਆ ਤੇਰੇ ਵਾਸਤੇ ਮਿੱਠੀਆਂ ਨੇ ਮਿੱਠੀਆਂ ਨੇ ਪਹਿਲਾਂ ਵਾਲੇ ਨਾਲ ਦੀਆਂ ਪਹਿਲਾਂ ਵਾਲੇ ਨਾਲ ਦੀਆਂ ਦੇਖ ਪਹਿਲਾਂ ਦੇਖੀ ਮੁੱਕ ਗਈਆਂ ਸੀ ਤੂੰ ਆਇਆ ਨਹੀਂ ਹੈਗਾ ਵੀਰੇ ਤਾਂ ਹੀ ਤਾਂ ਮੈਂ ਹੁਣ ਛੇਤੀ ਆਇਆਗਾ ਯਾਰ ਉਹ ਮੈਂ ਹੋਰ ਕੰਮਾਂ 'ਚ ਵਗ ਗਿਆ ਸੀਗਾ ਨਾਲੇ ਉਹ ਦਵਾਈ ਤੇਰੀ ਮੈਂ ਤਾਂ ਗੁੱਸੇ ਆ ਵੀਰੇ ਤੇਰੇ ਨਾਲ ਚੱਲ ਚੱਕਾ ਯਾਰ ਗੁੱਸੇ ਕਾਹਨੂੰ ਹੁੰਦਾ ਮੈਂ ਮੰਨ ਤਾਂ ਮੰਮੀ ਕੌੜੀ ਕੌੜੀ ਦਵਾਈ ਦੇ ਦਿੰਦੀ ਆ ਮਾਂ ਨੂੰ ਓਏ ਫਿਰ ਮੈਂ ਹੁਣ ਤੈਨੂੰ ਮਿੱਠੀ ਦਿਆ ਕਰੂੰਗਾ ਉਹ ਮੈਂ ਸਪੈਸ਼ਲ ਉਹ ਦਵਾਈ ਜਿਹੜੀ ਉਹ ਪਹਿਲਾਂ ਲੈ ਕੇ ਆਇਆ ਸੀਗਾ ਉਹ ਦਵਾਈ ਲੈਣੀ ਆ ਮੈਂ ਕਹਿੰਦਾ ਉਹ ਤੋਂ ਵੀ ਜ਼ਿਆਦਾ ਮਿੱਠੀ ਆ ਹੁਣ ਤਾਂ ਸ਼ਾਇਦ ਵਰਗੀ ਆ ਜਾਊਂ ਉਹਦੇ ਨਾਲ ਤਾਂ ਮੈਂ ਠੀਕ ਹੋ ਜਾਣਾ ਮੰਮੀ
ਮੰਮੀ ਕਹਿੰਦੀ ਵੀ ਤੂੰ ਠੀਕ ਨਹੀਂ ਹੁੰਦਾ ਲੈ ਯਾਰ ਕੌਣ ਕਹਿੰਦਾ ਤੂੰ ਠੀਕ ਨਹੀਂ ਦਾ ਆ ਚੰਗਾ ਭਲਾ ਤੇ ਯਾਰ ਹਾਂ ਆ ਤੇ ਮੇਰੇ ਡੋਲੇ ਬਣੇ ਹੋਏ ਨੇ ਆ ਦੇ ਹਾਂ ਦੇਖ ਪੂਰਾ ਪਹਿਲਵਾਨ ਆ ਤੂੰ ਤਾਂ ਨਾਲੇ ਦੇਖ ਹੁਣ ਤੱਕ ਤੈਨੂੰ ਮੈਂ ਦਵਾਈ ਦਿੰਦਾ ਰਿਹਾ ਤੂੰ ਮੇਰਾ ਭਾਈ ਆ ਯਾਰ ਹੈਗਾ ਚਾਹੇ ਚਾਚੇ ਦਾ ਹੈਗਾ ਤਾਂ ਭਾਈ ਆ ਯਾਰ ਤੂੰ ਮੇਰਾ ਭਾਈ ਹੈ ਮੈਂ ਤੇਰਾ ਭਾਈ ਆ ਤੂੰ ਮੇਰਾ ਭਾਈ ਹੈ ਹਨਾ ਹਾਂ ਤੂੰ ਉਹ ਗੋਲੀਆਂ ਦੇ ਦੇ ਮੈਨੂੰ ਓਏ ਗੋਲੀਆਂ ਤਾਂ ਮੈਂ ਤੈਨੂੰ ਦਿੰਨਾ ਦੇਖ ਇਹ ਦਵਾਈ ਮੈਂ ਸਪੈਸ਼ਲ ਲੈ ਕੇ ਆਏਗਾ ਤਾਂ ਹੀ ਮੈਂ ਇੰਨੇ ਦਿਨ ਆਇਆ ਨਹੀਂ ਸੀ ਪਟਿਆਲੇ ਤੋਂ ਲਿਆਇਆ ਮਹਿੰਗਾ ਹੋਊਗਾ ਤੁਹਾਡਾ ਮੇਰੀ ਗੱਲ ਸੁਣ ਮਹਿੰਗਾ ਬਾਲਾ ਮਹਿੰਗਾ ਪਰ ਤੇਰੇ ਪੈਸੇ ਕਿੱਥੋਂ ਲਾਉਦੇ ਨੇ ਯਾਰ ਮੈਂ ਬਸ ਆੜਤੀ ਤੋਂ ਫੜ ਲਈ ਤੇ ਆਪਦੇ ਯਾਰ ਹਾਂ ਦੇਖੀ ਤੂੰ ਘਰੋਂ ਲੈ ਜਾ ਕਰ ਵੀਰੇ ਮੈਂ ਮੰਮੀ ਨੂੰ ਕਹਿ ਦੂੰਗਾ ਯਾਰ ਲੈ ਦੀਪ ਨੂੰ ਪੈਸੇ ਦੇ ਦੇ ਆਪਣਾ ਕਿਹੜਾ ਕੁਝ ਵੱਡਾ ਯਾਰ ਵੀ ਮੈਂ ਪੈਸੇ ਲੈ ਕੇ ਜਾਊਂਗਾ ਹਾਂ ਬੱਲੇ ਦੇ ਕੇਅਰ ਕਿੰਨੀ ਕਰਦਾ ਮੇਰਾ ਭਾਈ ਨਵੀਂ ਲਿਆਦੀ ਮੈਂ ਅੱਛਾ ਹਾਂ ਚੱਲ ਠੀਕ ਹੈ ਤੇ ਮੇਰੀ ਗੱਲ ਸੁਣ ਇਹ ਸਪੈਸ਼ਲ ਦਵਾਈ ਹੈਗੀ ਇਹ ਕਿਸੇ ਨੂੰ ਦੱਸੀ ਨਾ ਹਾਂ ਵੀ ਮੈਂ ਦਿੱਤੀ ਹੈ ਤੇ ਜੇ ਮੇਰੀ ਗੱਲ ਸੁਣ ਨਾਲੇ ਜੇ ਤੇਰੀ ਮੰਮੀ ਮੇਰੀ ਚਾਚੀ ਪੁੱਛੂਗੀ ਵੀ ਹਨਾ ਤੈਨੂੰ ਦਵਾਈ ਕਿਹਨੇ ਦਿੱਤੀ ਹੈ ਤੂੰ ਇਹ ਨਾ ਕਹੀਂ ਵੀ ਮੈਨੂੰ ਦੀਪ ਨੇ ਦਿੱਤੀ ਹੈ ਤੂੰ ਤਾਂ ਇਹ ਕਹਿ ਦੀ ਕਿ ਮੈਨੂੰ ਡਾਕਟਰ ਨਹੀਂ ਦਿੱਤੀ ਹੈ ਚੰਗਾ ਨਹੀਂ ਫਿਰ ਉਹਨੇ ਤੈਨੂੰ ਖਾਣ ਨਹੀਂ ਦੇਣੀ ਹੈ ਮੇਰਾ ਉਹ ਡਾਕਟਰ ਨਹੀਂ ਦੇਖੀ ਸੜੀ ਸੜੀ ਜੀ ਦਵਾਈ ਦੇ ਜਾਂਦੀ ਮਨ ਤਾਂ ਉਲਟੀ ਆ ਗਈ ਤੇ ਤਾਂ ਹੀ ਤਾਂ ਮੈਂ ਤੈਨੂੰ ਕਹਿ ਰਿਹਾਗਾ ਤੂੰ ਡਾਕਟਰ ਨਹੀਂ ਦਾ ਨਾਂ ਲੈ ਦੀ ਹਾਂ ਠੀਕ ਹੈ ਮੇਰਾ ਹਾਂ ਕਹਦੇ ਡਾਕਟਰ ਨਹੀਂ ਦਿੱਤੀ ਹੈ ਨਹੀਂ ਤੇਰੀ ਮੰਮੀ ਫਿਰ ਮੈਨੂੰ ਕਹੂਗੀ ਵੀ ਹਾਂ ਤੂੰ ਪਤਾ ਨਹੀਂ ਕਿੱਥੋਂ ਦਵਾਈ ਲਿਆਦਾ ਨਾ ਹੁਣ ਨਹੀਂ ਮੈਂ ਲੈਣ ਦਿੰਦੀ ਫਿਰ ਮੈਨੂੰ ਦੇ ਦੇ ਮੈਨੂੰ ਦਵਾਈ ਤੇ ਮੱਕਰ ਜਾ ਕੇ ਖਾ ਲਓ ਚੱਲ ਖਾ ਲਈ ਠੀਕ ਹੈ ਪੈਸੇ ਕਿੰਨੇ ਦੇ ਦੇ ਓ ਕੋਈ ਨਾ ਮੈਂ ਹੁਣ ਤੇਰੇ ਤੋਂ ਪੈਸੇ ਲਊਂਗਾ ਯਾਰ ਹਾਂ ਤੂੰ ਤਾਂ ਜਾਣਾ ਹੈ ਮੇਰੀ ਤੂੰ ਐਂ ਕਰੀ ਜਿਹੜਾ ਸਾਡਾ ਉਹ ਪਰਲੇ ਵਾਲਾ ਖੇਤ ਹੈ ਉਹ ਤੂੰ ਵਾ ਲਿਆ ਕਰ ਉਹ ਕੋਈ ਨਾ ਹਾਂ ਨਾਲੇ ਤੇਰੇ ਕੋਲ ਖੇਤ ਹੋ ਜੂ ਨਾਲੇ ਸਾਡਾ ਖੇਤ ਹੋ ਜੂ ਹਾਂ ਯਾਰ ਪੈਸਾ ਪੂਸਾ ਨਹੀਂ ਦੇਖਦੇ ਜ਼ਮੀਨਾਂ ਨਹੀਂ ਦੇਖਦੇ ਹੈਗੇ ਬਸ ਹੁਣ ਤੂੰ ਐਂ ਕਰ ਮੇਰਾ ਭਾਈ ਇਹਨੂੰ ਖਾ ਲਈ ਤੂੰ ਤਾਂ ਮੇਰਾ ਘੈਂਟ ਭਾਈ ਹੈ ਬਸ ਤੂੰ ਮੇਰਾ ਵੱਡਾ ਭਾਈ ਹੈ ਦੋ ਗੋਲੀਆਂ ਰੋਜ਼ ਖਾ ਲਿਆ ਕਰ ਤੂੰ ਨਾ ਬੇਬੇ ਹੁੰਦੇ ਕਿਉਂ ਨਹੀਂ ਆਇਆ ਹੈਗਾ ਮੈਂ ਥੋੜਾ ਜਿਹਾ ਜਾਣ ਲੱਗ ਰਿਹਾ ਸੀਗਾ ਉਹਨੇ ਫੇਰ ਕਹਿਣਾ ਸੀਗਾ ਵੀ ਪਤਾ ਨਹੀਂ ਕਿੱਧਰ ਲੈ ਗਿਆ ਸੁੱਖ ਨੂੰ ਫੇਰ ਨਹੀਂ ਤੈਨੂੰ ਦਵਾਈ ਦੇਣ ਦੇਣੀ ਤੇ ਬੇਬੇ ਕਹਿੰਦੀ ਸੀ ਦੀਪ ਨਾਲ ਨਾ ਜਾਇਆ ਕਰ ਕਹਿੰਦੀ ਕਿਉਂ ਕਹਿੰਦੀ ਉਹ ਤੈਨੂੰ ਮਾਰ ਦੂਗਾ ਲੈ ਮੈਂ ਤੈਨੂੰ ਕਾਹਦੇ ਵਾਸਤੇ ਮਾਰੂੰਗਾ ਯਾਰ ਭਾਈ ਵੀ ਭਾਈ ਕਦੇ ਕਿਸੇ ਨੂੰ ਮਾਰਦਾ ਹੁੰਦਾ ਹੈ ਪਤਾ ਨਹੀਂ ਮੈਨੂੰ ਕਹਿੰਦੀ ਵੀ ਮਾਰ ਦੂਗਾ ਨਾਲੇ ਆਪਣੇ ਖੇਤ ਲੈ ਜੂਗਾ ਸਾਰੇ ਮੈਂ ਕਾਹਦੇ ਵਾਸਤੇ ਖੇਤ ਰੱਖਣੇ ਨੇ ਯਾਰ ਮੈਂ ਖੇਤਾਂ ਦਾ ਚਾਰ ਪਾਉਣਾਗਾ ਹੈ ਤੂੰ ਐਂ ਕਰ ਬੇਬੇ ਨਾ ਗਈ ਹੋਈ ਆ ਤੂੰ ਪਹਿਲੇ ਹੀ ਵਗ ਜਾ ਜੇ ਬੇਬੇ ਨੇ ਤੈਨੂੰ ਦੇਖ ਲਿਆ ਨਾ ਫਿਰ ਤੈਨੂੰ ਕੁੱਟੂਗੀ ਮੈਂ ਤੈਨੂੰ ਤਾਂ ਹੀ ਕਹਿ ਰਿਹਾ ਹੈਗਾ ਤੂੰ ਵੀ ਲੰਘ ਜਾ ਦੋ ਗੋਲੀਆਂ ਖਾ ਲੀਆਂ ਚੋਂ ਮੈਂ ਤਾਂ ਆਪਦੇ ਘਰੇ ਆ ਘਰੇ ਕੀ ਉੱਧਰ ਕਮਰੇ 'ਚ ਬਹਿ ਜਾ ਜਾ ਕੇ ਯਾਰ ਹੋਰ ਨਹੀਂ ਉਹ ਤੂੰ ਪੁੱਛੂਗੀ ਤੈਨੂੰ ਇੱਧਰ ਕੀ ਕਰਦਾ ਚੱਲ ਹਾਂ ਠੀਕ ਹੈ ਤੂੰ ਐਂ ਕਰੇ ਇਹ ਦਵਾਈ ਨਾ ਮੇਰੀ ਦੋ ਚਾਰ ਦਿਨਾਂ 'ਚ ਖਤਮ ਹੋ ਜਾਂਦੀ ਹੈ ਚਾਰ ਦਿਨਾਂ 'ਚ ਖਤਮ ਕਰਦੀ ਹੈ ਖਾਸੀ ਸਾਰੀ ਲਿਆ ਕੇ ਦੇ ਦੀ ਇੰਨੀ ਸਾਰੀ ਕੱਢੂ ਹੀ ਖਤਮ ਕਰ ਇੰਨੀ ਸਾਰੀ ਲਿਆ ਦੇ ਇੰਨੀ ਸਾਰੀ ਲਿਆ ਦੂੰਗਾ ਤੈਨੂੰ ਚੱਲ ਠੀਕ ਹੈ ਚੰਗਾ ਮਾਸੀ ਨਾ ਜਾਣ ਚੰਗਾ ਆ ਜੀ ਵੀਰੇ ਅੱਛਾ ਚੰਗਾ ਚੰਗਾ ਆ ਜਾਊਂਗਾ ਹਾਂ ਇਹ ਮੇਰਾ ਵੀਰਾ ਕਿੰਨਾ ਧਿਆਨ ਰੱਖਦਾ ਹਨਾ ਬੇਬੇ ਤਾਂ ਊਂ ਕਹੀ ਜਾਂਦੀ ਆ ਮਾਰ ਦੂਗਾ ਇਹ ਮੈਨੂੰ ਕਿਵੇਂ ਮਾਰੂਗਾ ਹਨਾ ਮੈਂ ਤਾਂ ਐਂ ਕਰੂੰਗਾ ਆਪਦੇ ਵਾਲੇ ਖੇਤ ਵੀ ਇਹਨੂੰ ਦੇ ਦੂੰਗਾ ਮੇਰਾ ਵੱਡਾ ਭਾਈ ਹੈ ਇਹ ਤੁਸੀਂ ਕੌਣ ਜੀਤਾ ਡਾਕਟਰ ਨੇ ਓਹ ਅੱਛਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤਾਂ ਤੁਸੀਂ ਹੋ ਡਾਕਟਰ ਨਹੀਂ ਜੀ ਹਾਂਜੀ ਅੱਛਾ ਜੀ ਮੈਂ ਸੁੱਖ ਦੇ ਚਾਚੇ ਦਾ ਮੁੰਡਾ ਤੁਸੀਂ ਧਿਆਨ ਰੱਖਿਓ ਸਾਡੇ ਸੁੱਖ ਦਾ ਚੰਗੀ ਤਰ੍ਹਾਂ ਕੋਈ ਨਹੀਂ ਇਹ ਤਾਂ ਮੇਰਾ ਫਰਜ਼ ਆ ਹਾਂਜੀ ਹਾਂ ਪੈਸੇ ਚਾਹੇ ਚਾਰ ਵੱਧ ਲੱਗ ਜਾਣ ਪਰ ਸਾਡਾ ਮੁੰਡਾ ਠੀਕ ਹੋਣਾ ਚਾਹੀਦਾ ਕੋਈ ਗੱਲ ਨਹੀਂ ਹੋ ਜਾਊਗਾ ਠੀਕ ਇੱਕ ਵਾਰੀ ਹੋਰ ਕਹਿਣਾ ਜੀ ਠੀਕ ਹੋਣਾ ਚਾਹੀਦਾ ਹਾਂ ਠੀਕ ਹੀ ਹੋਊਗਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਮਝ ਗਏ ਹੋਵੋਗੇ ਚਾਚੇ ਦਾ ਮੁੰਡਾ ਇਹ ਉਹੀ ਨਹੀਂ ਜਿਹਦੀ ਵੀਰਾ ਗੱਲ ਕਰਦਾ ਡਾਕਟਰ ਨਹੀਂ ਕਹਿੰਦੀ ਠੀਕ ਤਾਂ ਹੋ ਜਾਊਗਾ ਠੀਕ ਤਾਂ ਡਾਕਟਰ ਨਹੀਂ ਹੋ ਲਿਆ ਉਹ ਤੂੰ ਤਾਂ ਭੋਲੀਆਂ ਜਿਹੜੀਆਂ ਗੋਲੀਆਂ ਤੇ ਮੈਂ ਲਾਇਆ ਹੋਇਆ ਨਾ ਇਹ ਤਾਂ ਬਸ ਉੱਪਰ ਨੂੰ ਹੀ ਠੀਕ ਕਰਨਗੀਆਂ ਤੇ ਕਰਨਗੀਆਂ ਵੀ ਕਿਹੜੇ ਹਿਸਾਬ ਨਾਲ ਇਹ ਤਾਂ ਵੱਡੇ ਵੱਡੇ ਡਾਕਟਰ ਨਹੀਂ ਜਾਣ ਪਏ ਇਹ ਕੱਲ੍ਹ ਦੀ ਜਵਾਕੜੀ ਕੀ ਜਾਣੂਗੀ ਛੱਡ ਯਾਰ ਇਹ ਤਾਂ ਉਹੀ ਤਾਂ ਨਹੀਂ ਹੈਗਾ ਜਿਹਦੇ ਬਾਰੇ ਵੀਰਾ ਗੱਲ ਕਰਦਾ ਸੀ ਕਿ ਸੁੱਖ ਦੇ ਚਾਚੇ ਦਾ ਮੁੰਡਾ ਉਹਨੂੰ ਇਹੀ ਜਿਹੀ ਦਵਾਈ ਦਿੰਦਾ ਕਿ ਉਹਦਾ ਦਿਮਾਗ ਹੀ
खराब रहता टोटली अपसेट करने वास्ते फिर ये इत्थे की करना है सी मैं सोखन हूँ देखा कितने सुख आ की है कुछ नहीं हैगा तू की लेना है तू एक दवाई की केड़ी खा रहे हो तुसी मिठी दवाई है ता यार मेनू दिखाओ ल तन्नू दिखाओ तेरे वाली दवाई ले तो लेना मैं फ्रेंड है ना थोड़ी ना मैं नहीं मेरी गल सुनो एक मिनट मेनू दिखाओ मैं चेक कर ला एक मिनट मैं ना मैं होर एक मिठी लेके आई हां ये तो गोलियां ने मेरी ओदे वाली हुंदी नहीं की जियां छोटे हुंदे खांदे हुंदे जेडे बच्चे खांदे हुंदे रोचक वालियां ये तो रोचक वालियां गोलियां ने जेडियां हाजमुल्ले वालियां हुंदियां ने एक मिनट मैं थोड़ी फ्रेंड हां तू खा जेगी फिर एक मेनू भी तो दे दो मैं भी खानी है ल मेनू तो आप मसा मिलियां ने गल बनती है एक गोली कहा तू सारिया गोलियां ले लिया मैं नहीं बोलता गा दो मेरी तेरे नाल एक गोली कौन देख के गया सी मेरा वीरा देख के गया सी केड़ा वीरा मिठिया गोलियां ने वो कोई ना भी किवें गिर सकता इनी चरीली गोलियां है सीधी दिमाग ते इफेक्ट पौंदी है मैं तेरे ना बोलदा नहीं हैगा हुण तू सारीयां गोलियां ले ली नाले बेबे नु शिकायत लाऊं तेरी मैं एक गल दसां दसूंगा मैं मेरी गल सुनो मैं नहीं बोलदा गा इधर मेरी गल तो सुनो मैं नहीं बोल मैं थोड़े वास्ते ਇਸ ਨਾਲ ਵੀ ਟੇਸਟੀ ਲੈ ਕੇ ਆਈ ਕੌੜੀ ਨੇ ਤਾਂ ਸਾਰੀਆਂ ਨਹੀਂ ਕੌੜੀਆਂ ਬੰਦੀਆਂ ਨੇ ਉਲਟੀ ਆਉਂਦੀ ਆ ਖਾ ਕੇ ਮੈਂ ਚੇਂਜ ਕਰਕੇ ਲਿਆਈਆਂ ਹੁਣ ਵਧੀਆ ਨਹੀਂ ਹੈਗੀਆਂ ਤਾਂ ਮੁਸ਼ਕ ਆਉਂਦੀਆਂ ਮੈਂ ਚੇਂਜ ਕਰਕੇ ਲਿਆਈਆਂ ਨਵੀਆਂ ਇਹਦੇ ਵਰਗੀ ਇਹ ਤਾਂ ਮਿੱਠੀ ਹੈ ਇਹ ਤਾਂ ਮਿੱਠੀ ਹੈ ਇੰਨੀ ਕੁ ਮਿੱਠੀ ਆ ਹਾਂ ਕਿ ਤੁਹਾਨੂੰ ਬਹੁਤ ਸਵਾਦ ਲੱਗੂਗੀ ਪੱਕੀ ਗੱਲ ਹੈ ਫਿਰ ਮੈਨੂੰ ਦੇ ਫਿਰ ਉਹ ਆਈ ਤੇ ਤੇਰੇ ਬਟੂਏ ਤੇ ਤੇਰੇ ਬਟੂਏ ਤੇ ਨਹੀਂ ਇਹਦੇ 'ਚ ਨਹੀਂ ਹੈਗੀ ਇਹਦੇ 'ਚ ਨਹੀਂ ਹੈਗੀ ਉਹ ਮੈਂ ਮੰਗਵਾਈ ਹੋਈ ਆ ਇੱਕ ਹੋਰ ਆੜੀ ਇਹ ਤੋਂ ਦੇ ਦੋ ਗੋਲੀਆਂ ਮੈਨੂੰ ਦੇਖੀ ਮੈਨੂੰ ਨਾ ਫਿਰ ਮੈਂ ਠੀਕ ਨਹੀਂ ਹੋਣਾ ਹੈਗਾ ਫਿਰ ਬੇਬੇ ਕਹਿੰਦੇ ਵੀ ਤੂੰ ਟਰੈਕਟਰ ਕਿਵੇਂ ਚਲਾਇਆ ਕਰੇਗਾ ਤੂੰ ਖੇਤ ਕਿਵੇਂ ਜਾਇਆ ਕਰੇਗਾ ਮੈਂ ਉਹਨੂੰ ਕਹਿਤਾ ਸੀਗਾ ਚਾਚੇ ਦੇ ਮੁੰਡੇ ਨੂੰ ਵੀ ਤੂੰ ਸਾਡਾ ਖੇਤ ਤੂੰ ਬਾਲਿਆ ਕਰ ਹਨਾ ਅੱਛਾ ਹਾਂ ਫਿਰ ਕੀ ਕਹਿੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਮੈਂ ਤੇਰਾ ਭਾਈ ਹਾਂ ਤੂੰ ਤੂੰ ਤੇਰਾ ਖੇਤ ਮੇਰਾ ਖੇਤ ਮੇਰੇ ਵਾਲਾ ਖੇਤ ਤੇਰਾ ਖੇਤ ਲੋ ਬੇਕਾਰ ਕਿਉਂ ਆ ਇੰਨਾ ਵਧੀਆ ਉਹ ਮੇਰਾ ਭਾਈ ਮੇਰਾ ਖਿਆਲ ਧਿਆਨ ਰੱਖਦਾ ਸਾਰੀ ਦਵਾਈ ਲਿਆ ਕੇ ਦਿੰਦਾ ਮੈਨੂੰ ਜਦੋਂ ਮੇਰੇ ਸੱਟ ਵੱਜੀ ਦੀ ਪਹਿਲਾਂ ਛੋਟੇ ਹੁੰਦੇ ਸੀ ਉਦੋਂ ਸਾਰੀਆਂ ਦਵਾਈਆਂ ਉਸੇ ਲਿਆ ਕੇ ਦਿੱਤੀਆਂ ਦੇ ਮੈਨੂੰ ਹਾਂ ਇਹ ਕਦੋਂ ਤੋਂ ਖਾ ਰਹੇ ਹੋ ਤੁਸੀਂ ਲੈ ਜਦੋਂ ਮੈਂ ਠੀਕ ਹੋ ਗਿਆ ਤੇ ਉਦੋਂ ਦਾ ਖਾਣਾ ਮੈਂ ਅੱਛਾ ਬੇਬੇ ਨੂੰ ਪਤਾ ਬੇਬੇ ਨੂੰ ਨਾ ਦੱਸੀ ਬੇਬੇ ਮੈਨੂੰ ਖਾਣ ਨਹੀਂ ਦਿੰਦੀ ਹੈਗੀ ਬੇਬੇ ਇਕੱਲੀਆਂ ਕੌੜੀਆਂ ਦਵਾਈਆਂ ਲਿਆ ਕੇ ਦਿੰਦੀ ਹੈ ਮੈਨੂੰ ਇਹ ਵੀਰਾ ਮੈਨੂੰ ਮਿੱਠੀਆਂ ਦਵਾਈਆਂ ਦਿੰਦਾ ਨਾਲੇ ਚਾਚੇ ਨੇ ਮੈਨੂੰ ਕਿਹਾ ਸੀਗਾ ਵੀ ਤੂੰ ਇਹਦੇ ਨਾਲ ਵਗ ਜਾ ਕਰ ਤੇਰੇ ਵੀਰੇ ਨਾਲ ਤੂੰ ਉਹ ਤੂੰ ਬੇਬੇ ਨੂੰ ਦੱਸੀ ਬੇਬੇ ਗਾਲਾਂ ਦੇਊਗੀ ਬੇਬੇ ਮੈਨੂੰ ਕਹਿ ਦਿੰਦੀ ਹੈ ਵੀ ਤੂੰ ਦੀਪੇ ਨਾਲ ਨਾ ਰਲਿਆ ਕਰ ਤੈਨੂੰ ਮਾਰ ਦੂਗਾ ਲੈ ਮੈਨੂੰ ਵੀ ਕਿਹਾ ਕਿਸੇ ਨੇ ਮੇਰਾ ਭਾਈ ਆ ਉਹ ਅਸੀਂ ਦੋਨੇ ਟਰੈਕਟਰ ਚਲਾਇਆ ਕਰਾਂਗੇ ਪਰ ਜਿਹੜੀਆਂ ਗੋਲੀਆਂ ਨਾ ਇਹ ਪਤਾ ਕੀ ਨੇ ਇਹ ਜਿਹੜਾ ਬੰਦਾ ਖਾਂਦਾ ਨਾ ਉਹ ਬੰਦੇ ਠੀਕ ਹੋ ਜਾਂਦਾ ਹੈ ਨਾ ਉਹ ਮੈਨੂੰ ਇੱਕ ਗੋਲੀ ਦੇ ਦੇ ਚੁੱਕ ਚੱਲ ਮੈਨੂੰ ਮੇਰੀ ਗੱਲ ਸੁਣੋ ਮੈਂ ਨਹੀਂ ਬੋਲਦਾ ਹੈਗਾ ਮੈਂ ਤਾਂ ਬੇਬੇ ਨੂੰ ਦੱਸੂਗਾ ਜਾ ਕੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੋਈ ਇਨਸਾਨ ਇੰਨਾ ਵੀ ਗਿਰ ਸਕਦਾ ਕਿ ਇੰਨੀ ਜਮੀ ਦਿਮਾਗ ਨੂੰ ਖਤਮ ਕਰਨ ਵਾਲੀ ਦਵਾਈ ਵੀ ਦੇ ਸਕਦਾ ਉਹ ਵੀ ਇੱਕ ਜ਼ਮੀਨ ਦੇ ਲਾਲਚ ਪਿੱਛੇ ਹੇ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਤਾਂ ਤੂੰ ਹੀ ਦੇਖ
ਨੀ ਕੁੜੀਏ ਲੈ ਕਾਮਲੀ ਤੂੰ ਉਰੇ ਕਿਉਂ ਐ ਬੈਠੀ ਐ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਕੀ ਗੱਲ ਹੋ ਗਈ ਤੂੰ ਇੰਨੀ ਘਬਰਾਈ ਹੋਈ ਕਾਹਤੋਂ ਇਹ ਕੀ ਆ ਦਵਾਈ ਲਈ ਹੈ ਚੱਲ ਤੂੰ ਗੌਰ ਨਾਲ ਦੇ ਦਿਆ ਕਰ ਪੁੱਤ ਕੋਈ ਨਾ ਦਵਾਈ ਮੈਥੋਂ ਨਹੀਂ ਖਾਂਦਾ ਉਹ ਗੋਲੀ ਦੱਸੋ ਕਿਨੋ ਦੱਸੋ ਆਂਟੀ ਜੀ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਮੈਂ ਦਵਾਈ ਲੈ ਕੇ ਆਈ ਹਾਂ ਅਤੇ ਉਹ ਦਵਾਈ ਨਾਲ ਛੇਤੀ ਠੀਕ ਹੋ ਜੂਗਾ ਤੁਹਾਡਾ ਪੁੱਤ ਅਤੇ ਹੁਣ ਮੈਨੂੰ ਦਵਾਈ ਦੇ ਦਾ ਹਾਂ ਤੁਸੀਂ ਮੇਰੇ ਵਾਸਤੇ ਚਾਹ ਬਣਾ ਦਿਓ ਠੀਕ ਹੈ ਮੈਂ ਚਾਹ ਬਣਾ ਮੈਨੂੰ ਇੱਕ ਗੱਲ ਦੱਸ ਤੈਨੂੰ ਪਸੀਨੇ ਕਾਹਤੋਂ ਆ ਰਹੇ ਨੇ ਕਿਉਂ ਘਬਰਾਈ ਹੈ ਤੂੰ ਗਰਮੀ ਬਹੁਤ ਆ ਤਾਂ ਕਰਕੇ ਆਂਟੀ ਮੈਨੂੰ ਪਸੀਨਾ ਆ ਗਿਆ ਸੀ ਉਹ ਲੜ ਪਿਆ ਸੀ ਤੁਹਾਡਾ ਪੁੱਤ ਦੇਖ ਲਓ ਕਹਿੰਦਾ ਤੂੰ ਮੇਰੇ ਨਾਲ ਖੇਡਣ ਨਹੀਂ ਆਈ ਕੱਲ੍ਹ ਤਾਂ ਕਰਕੇ ਅੱਛਾ ਚੱਲ ਕੋਈ ਨਾ ਧੀਏ ਉਹ ਤਾਂ ਨਿਆਣਿਆਂ ਵਰਗਾ ਹੈ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਠੀਕ ਹੈ ਤੁਸੀਂ ਚਾਹ ਬਣਾ ਦਿਓ ਜਾ ਕੇ ਬਣਾ ਦਿਓ ਚਾਹ ਹਾਂ ਮੈਂ ਚਾਹ ਬਣਾ ਦਿੰਦੀ ਹਾਂ ਜਾਂ ਤੂੰ ਦੇ ਦੇ ਦਵਾਈ ਉਹਨੂੰ ਨਹੀਂ ਐਵੇਂ ਥੋੜ੍ਹਾ ਦੱਸੂੰਗੀ ਇਹਨਾਂ ਨੂੰ ਮੈਂ ਜੇ ਐਵੇਂ ਦੱਸਤਾ ਤਾਂ ਇਹਨਾਂ ਨੇ ਯਕੀਨ ਹੀ ਨਹੀਂ ਕਰਨਾ ਕੀ ਪਤਾ ਨਾ ਵੀ ਕਰਨ ਜਦ ਤੱਕ ਇਹਦਾ ਟੈਸਟ ਨਹੀਂ ਹੁੰਦਾ ਕੀ ਅਸਲ 'ਚ ਹੈ ਕੀ ਪਹਿਲਾਂ ਮੇਰੀ ਪੀਚੋ ਬਣੂਗੀ ਤੇ ਮੇਰੀ ਪਹਿਲਾਂ ਮੇਰੀ ਬਣੂਗੀ ਤੇ ਮੇਰੇ ਕੌਣ ਬਣਾਏਗਾ ਪਹਿਲਾਂ ਮੈਂ ਖੇਡੂਗਾ ਫਿਰ ਮੈਂ ਨਹੀਂ ਫਰੈਂਡ ਬਣਦੀ ਮੈਨੂੰ ਨਹੀਂ ਪਤਾ ਹੈਗਾ ਵੇਖੀ ਪਹਿਲਾਂ ਮੇਰੀ ਆ ਦੇਖ ਲੈ ਬੇਬੇ ਮੈਨੂੰ ਨਹੀਂ ਖੇਡਣ ਦਿੰਦੀ ਹੈਗੀ ਏ ਖੇਡ ਲੈ ਤੇ ਜਵਾਬ ਦੋ ਬਣ ਗਏ ਹਾਂ ਆ ਤਿੰਨ ਬਣ ਗਏ ਚਲੋ ਹੁਣ ਖੇਡ ਕੇ ਦਿਖਾਓ ਆ ਚਾਰ ਹੋ ਗਏ ਚਲੋ ਖੇਡੋ ਚਾਰ ਹੋ ਗਏ ਚਾਰ ਹੋ ਗਏ ਚਲੋ ਕਿੱਥੇ ਮੇਰੇ ਵਾਲੀ ਮੈਂ ਲੈ ਕੇ ਆਵਾਂ ਹਾਂ ਤੂੰ ਲਿਆ ਪੀਚੋ ਲਿਆ ਮੈਨੂੰ ਪਤਾ ਤੂੰ ਲੁਕੋ ਕੇ ਰੱਖਦੇ ਵੀ ਹਾਂ ਪਹਿਲਾਂ ਇਹਦੀ ਵਾਰੀ ਆ ਮੈਨੂੰ ਲੱਭ ਹੀ ਨਹੀਂ ਰਹੀ ਕਿੱਥੇ ਰੱਖੀਏ ਆ ਪਈ ਹੈ ਇੱਧਰ ਚੱਲ ਠੀਕ ਹੈ ਮੈਂ ਦੱਸਦੀ ਆ ਕਿ ਜਿੱਤਿਆ ਕਿ ਨਾ ਮੇਰੀ ਵਾਰੀ ਆ ਹੁਣ ਮੇਰੀ ਵਾਰੀ ਕੋਈ ਨਾ ਪੁੱਤ ਇਹ ਤਾਂ ਹੈਗਾ ਜਿਹਾ ਜਿਹਾ ਹੈਗਾ ਤੂੰ ਕਿਉਂ ਇਹਦੇ ਨਾਲ ਕਮਲੀ ਹੋਈ ਹੈ ਸਾਡੀ ਲਾਈਨ ਇਹ ਜਿਹੀ ਆ ਬੇਬੇ ਸਾਡੀ ਲਾਈਨ ਦੇ ਵਿੱਚ ਜਿਹਦੀ ਜਿਹੋ ਜਿਹੀ ਕੰਡੀਸ਼ਨ ਹੁੰਦੀ ਆ ਉੱਦਾਂ ਦੇ ਬਣਨਾ ਪੈਂਦਾ ਤਾਂ ਫਿਰ ਪੇਸ਼ੈਂਟ ਠੀਕ ਕਿਵੇਂ ਹੋਊਗਾ ਤੁਸੀਂ ਫਿਕਰ ਨਾ ਕਰੋ ਮੈਨੂੰ ਜੇ ਜਿੰਨਾ ਮਰਜ਼ੀ ਝੱਲ ਖਲਾਉਣਾ ਪਏ ਤੁਹਾਡਾ ਪੁੱਤ ਠੀਕ ਹੋਊਗਾ ਗੱਲ ਸੁਣ ਮੇਰੀ ਅਸੀਂ ਤਾਂ ਮਾਂ ਪੁੱਤਾਂ ਨੇ ਕੱਟਣੀ ਹੈ ਜਿਹੀ ਜਿਹੀ ਪੈਰੀ ਜਿਹਾ ਜਿਹਾ ਹੈਗਾ ਮੈਂ ਇਹਦੇ ਨਾਲ ਜ਼ਿੰਦਗੀ ਕੱਟੀ ਜਾਊਂਗੀ ਤੂੰ ਕਿਉਂ ਆਪਦੀ ਸਿਉਰੇ ਵਰਗੀ ਦੇਹ ਨੂੰ ਰੋਲਦੀ ਹੈ ਤੂੰ ਭਗ ਜਾ ਸਾਨੂੰ ਛੱਡ ਕੇ ਜਿਸ ਦਿਨ ਮੈਂ ਆਈ ਸੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦ ਤੱਕ ਤੁਹਾਡਾ ਪੁੱਤ ਠੀਕ ਨਹੀਂ ਨਾ ਹੁੰਦਾ ਮੈਂ ਇੱਥੋਂ ਨਹੀਂ ਜਾਊਂਗੀ ਮੈਂ ਤਾਂ ਆਪਣਾ ਉਹ ਵਾਅਦਾ ਪੂਰਾ ਕਰਦੀ ਹਾਂ ਆਂਟੀ ਮੇਰੀ ਗੱਲ ਸੁਣ ਮੈਨੂੰ ਇਕੱਲੇ ਨੂੰ ਤਾਂ ਦੇਖੀ ਜਾਂਦੀ ਸੀ ਹੁਣ ਤੂੰ ਚੰਗੀ ਭਲੀ ਨਾਲ ਲੱਗ ਰਹੀ ਹੈ ਦੋਵਾਂ ਨੂੰ ਕਿਵੇਂ ਦੇਖਾਂ ਮੈਂ
ਨਹੀਂ ਦੇਖ ਹੁੰਦੇ ਮੈਥੋਂ ਤੂੰ ਸਿਆਣੀ ਬੇੜੀ ਕਾਵਲੀ ਵੜਦੀ ਇਹਦੇ ਨਾਲ ਆਹ ਦੇਖ ਬੇਬੇ ਆਹ ਵੱਡੀ ਮਿਲ ਗਈ ਮੈਨੂੰ ਆਹ ਦੇਖੀ ਆਹ ਠੀਕ ਆ ਹਨਾ ਆਹ ਠੀਕ ਹੈ ਇਹਦੇ ਨਾਲ ਇਹਦੇ ਨਾਲ ਮੇਰੀ ਵਾਰੀ ਆਊਗੀ ਪਹਿਲਾਂ ਇੱਧਰ ਹੋ ਜਾ ਬਾਈ ਪਹਿਲਾਂ ਮੇਰੀ ਵਾਰੀ ਮੈਨੂੰ ਆਹ ਲੱਭੀ ਨਹੀਂ ਹੈਗੀ ਤਾਂ ਛੋਟੀ ਜੀ ਆ ਇਹਦੇ ਨਾਲ ਤਾਂ ਆਊਟ ਹੋ ਜਾਂਦਾ ਬੇਬੇ ਹਨਾ ਆਹ ਠੀਕ ਹੈ ਨਾ ਹਾਂ ਹੁਣ ਤੂੰ ਬਾਈ ਮੇਰੀ ਸੁਣ ਗੱਲ ਆ ਬਾਈ ਹਾਂ ਰੋਂਡੀ ਨਹੀਂ ਪਾਉਣੀ ਹੈਗੀ ਪਹਿਲਾਂ ਤੂੰ ਰੋਂਡੀ ਪਾ ਗਈ ਪਹਿਲਾਂ ਮੇਰੀ ਨਾ ਦੇਖੀ ਉਹ ਮਿੱਠੀਆਂ ਗੋਲੀਆਂ ਲੈ ਲਈਆਂ ਨੇ ਸਾਰੀਆਂ ਹਾਂ ਮੈਨੂੰ ਕੌੜੀਆਂ ਦਵਾਈਆਂ ਦੇ ਦਿੰਦੀਆਂ ਮੈਂ ਨਹੀਂ ਖਾਂਦਾ ਹੈਗਾ ਆਂਟੀ ਜੀ ਮਿੱਠੀਆਂ ਗੋਲੀਆਂ ਆ ਦੇਖ ਲੈ ਬਾਈ ਬਾਅਦ ਚੋਂ ਗੱਲਾਂ ਮਾਰੀ ਜਾਈਆਂ ਆਪਦੀਆਂ ਉਹ ਦੇਖ ਲੈ ਫਿਰ ਕਹਿੰਗੀ ਆਂਟੀ ਉਹ ਮੈਂ ਦਵਾਈ ਲੈ ਕੇ ਆਈ ਸੀ ਹਸਪੀਟਲ ਚੋਂ ਉਹਨਾਂ ਨੂੰ ਕਹਿੰਦੇ ਨੇ ਮੇਰੀਆਂ ਮਿੱਠੀਆਂ ਗੋਲੀ ਸਿਰਫ ਇੱਕ ਲੈਣੀ ਹੁੰਦੀ ਆ ਇਹਨਾਂ ਨੂੰ ਲੱਗਦਾ ਉਹ ਸਾਰੀਆਂ ਹੀ ਖਾਣੀਆਂ ਤਾਂ ਕਰਕੇ ਐਵੇਂ ਕਰੀ ਜਾਂਦੇ ਆ ਆ ਆ ਗਿਆ ਮੇਰੀ ਵਾਰੀ ਜਿੱਤ ਗਿਆ ਮੈਂ ਆ ਜਿੱਤ ਗਿਆ ਦੇਖ ਮੈਂ ਆ ਜਿੱਤ ਗਿਆ ਹੁਣ ਮੈਂ ਇੱਕ ਮਿੰਟ ਮੈਂ ਜਿੱਤ ਗਿਆ ਦੇਖ ਹਣਾ ਹੁਣ ਮੈਂ ਦਵਾਈ ਨਹੀਂ ਲੈਂਦਾ ਹੈਗਾ ਮੈਨੂੰ ਉਹਨੇ ਮੈਂ ਇਹਨੂੰ ਕਿਹਾ ਸੀ ਬੇਬੇ ਵੀ ਜੇ ਮੈਂ ਜਿੱਤ ਗਿਆ ਮੈਂ ਦਵਾਈ ਨਹੀਂ ਲੈਂਦਾ ਠੀਕ ਹੈ ਨਾ ਪੁੱਤ ਜਿਹੜੇ ਜਿੱਤਦੇ ਹੁੰਦੇ ਨੇ ਨਾ ਉਹ ਦਵਾਈ ਖਾਂਦੇ ਹੁੰਦੇ ਨੇ ਜਿਹੜੇ ਹਾਰਦੇ ਹੁੰਦੇ ਨੇ ਉਹਨੂੰ ਮਿੱਠੀ ਮੈਂ ਨਹੀਂ ਮਿਲਦੀ ਨਹੀਂ ਮੈਂ ਕਰਦੀ ਹੁੰਨੇ ਬੇਬੇ ਹਾਰੋ ਮੈਂ ਨਹੀਂ ਬੋਲਦਾ ਪਰ ਤੁਹਾਨੂੰ ਮੇਰੀ ਗੱਲ ਮੈਨੂੰ ਨਹੀਂ ਪਤਾ ਹੈਗਾ ਉਹ ਪਰਮਾਤਮਾ ਦੇ ਹੱਥੇ ਹੈ ਧੀਏ ਦੇਖੋ ਜੇ ਮਹਾਰਾਜ ਨੇ ਚੰਗੇ ਲੇਖ ਲਿਖੇ ਹੋਏ ਠੀਕ ਹੋ ਜੇ ਪਰ ਮੇਰਾ ਮਨ ਨਹੀਂ ਮੰਨਦਾ ਲੈ ਐਂ ਕਾਹਤੋਂ ਡੋਲਦੇ ਹੋ ਤੁਸੀਂ ਤਾਂ ਮੈਨੂੰ ਵੀ ਇੱਕ ਡਾਕਟਰ ਨੂੰ ਵੀ ਦਿਲੋਂ ਉਵੇਂ ਕਰਤਾ ਨਹੀਂ ਤੁਸੀਂ ਤਾਂ ਬਹੁਤ ਸਟਰੋਂਗ ਹੁੰਦੇ ਆਂਟੀ ਸਾਡੇ ਕੋਲ ਤਾਂ ਇਹੋ ਜਿਹੇ ਕੇਸ ਬਹੁਤ ਆਏ ਆ ਅਤੇ ਠੀਕ ਵਾਲੇ ਵੀ ਛੇਤੀ ਠੀਕ ਹੋ ਜਾਂਦੇ ਆ ਇਹ ਤਾਂ ਕੁਛ ਵੀ ਨਹੀਂ ਇਹ ਤਾਂ ਬਹੁਤ ਘੱਟ ਨੇ ਇਹਨਾਂ ਨੂੰ ਤਾਂ ਇਹ ਤਾਂ ਫਿਜ਼ੀਕਲੀ ਇੰਨੇ ਵਧੀਆ ਨੇ ਤੁਸੀਂ ਖੁਦ ਦੇਖੋ ਸਾਰਾ ਕੁਛ ਐਕਟੀਵਿਟੀ ਕਰ ਰਹੇ ਨੇ ਸਿਰਫ ਇੱਕ ਹਾਏ ਬੇਬੇ ਰੋਟੀ ਪਈ ਸੀ ਦੇਖੀ ਤੂੰ ਨਾ ਆ ਰੋਟੀ ਤਾਂ ਖਾਧੀ ਨਹੀਂ ਹੈਗੀ ਤੈਨੇ ਤੂੰ ਕਾ ਤੋ ਰੋਈ ਜਿੰਨੀ ਬੇਬੇ ਤੈਨੂੰ ਕੁਛ ਕਿਹਾ ਇਹਨੇ ਬਾਈ ਤਾਂ ਸਾਡੇ ਘਰੋਂ ਗੰਦੀ ਜੀ ਮੇਰੀ ਬੇਬੇ ਰੋਣ ਲਾਤਾ ਮੈਨੂੰ ਇਹਨੇ ਕਿਹਾ ਕਹਿੰਦੀ ਮੈਂ ਤਾਂ ਦੰਦੀ ਨੀ ਹੈਗੀਆਂ ਗੋਲੀਆਂ ਵਗ ਜਾ ਬਾਈ ਸਾਡੇ ਘਰੋਂ ਵਗ ਜਾ ਸਾਡੇ ਘਰੋਂ ਵਗ ਜਾ ਨਹੀਂ ਨੀ ਕਹਿੰਦੇ ਤਾਂ ਸਿਆਣੀ ਹੈ ਤੇਰੇ ਨਾਲ ਖੇਡਦੀ ਹੈ ਤੂੰ ਕਾਤੋਂ ਰੋਈ ਜਾਨੀ ਹੈ ਓਹੋ ਮੇਰ ਤੂੰ ਹੀ ਰੋਣ ਆ ਗਿਆ ਤੈਨੂੰ ਖੇਡਦੇ ਨੂੰ ਦੇਖ ਕੇ ਮੇਰਾ ਪੁੱਤ ਖੇਡਣ ਲੱਗ ਗਿਆ ਚੱਲ ਆ ਜਾ ਆਪਾਂ ਰੋਟੀ ਖਾਣੇ ਆਪਾਂ ਚੱਲ ਚੰਗਾ ਚੱਲ ਮੈਂ ਗਰਮ ਕਰਕੇ ਦੇ ਰੋਟੀ ਤੇ ਰੋਟੀਆਂ ਖਾਵਾਂਗੇ ਦੋ ਤੂੰ ਖਾਏਂਗੀ ਦੋ ਮੈਂ ਖਾਊਂਗਾ ਚੰਗਾ ਠੀਕ ਹੈ ਚੰਗਾ